ਇੱਥੋਂ ਪਤਾ ਲੱਗਦਾ ਵੀ ਤੂੰ ਸੋਚ ਦੇ ਵਿੱਚ ਨਾ ਮੇਰਾ ਪੁੱਤ ਦੇ ਪੁੱਤ ਹੋਣ ਦੇ ਕਾਬਲ ਵੀ ਨਹੀਂ ਗਾ। ਤੂੰ ਮੇਰਾ ਪੁੱਤ ਵੀ ਨਹੀਂ ਗਾ, ਮੈਨੂੰ ਤੈਨੂੰ ਐਵੇਂ ਵੀ ਨਹੀਂ ਗੱਲ ਕਹਿ ਸਕਦਾ ਵੀ ਪੁੱਤ, ਤੈਨੂੰ ਪਤਾ ਕੱਖ ਨਹੀਂ, ਇਹ ਨਹੀਂ ਮੈਂ ਤੈਨੂੰ ਕਹਿ ਸਕਦਾ। ਘਟੀਆ ਦਿਮਾਗ ਆ ਤੇਰਾ, ਜੇ ਦਹਾਣੋਆਂ ਦੀ ਕਮਾਈ ਖਾਣੀ ਆ ਫਿਰ ਇੱਥੇ ਕੀ ਕਰਦਾ ਬਈ? ਰੰਡੀ ਹੋਣਾ ਤੇ ਰੰਡੀ ਕੋਲੋਂ ਜਾਣ ਦੇ ਵਿੱਚ ਕੋਈ ਬਾਹਲਾ ਫਰਕ ਨਹੀਂ, ਠੀਕ ਹੈ ਨਾ? ਜਿਹੜੇ ਦਹਾਣੋਆਂ ਦੀ ਤੂੰ ਗੱਲ ਕੀਤੀ ਆ ਨਾ, ਤੂੰ ਉਂਝ ਨਹੀਂ ਮੈਂ ਕਹਿੰਦਾ ਵੀ ਦਹਾਣੋਆਂ ਦਾ ਕੀ ਕਮਾਈ ਹੁੰਦੀ, ਜਿਹੜੀ ਤੂੰ ਗੱਲ ਕੀਤੀ ਤੂੰ ਤੇ ਉਹ ਫਿਰ ਉਹ ਗੱਲ ਕੀਤੀ ਵੀ ਜਾ ਕੇ ਕਿਤੇ ਨਾ ਕਿਤੇ ਜੰਗਲ 'ਚ ਬਹਿ ਜਾ, ਆਪਣੀਆਂ ਫਸਲਾਂ ਆਪੇ ਹੀ ਗਾ ਅਤੇ ਆਪੇ ਹੀ ਖਾ, ਹੱਗ ਅਤੇ ਉਹਨਾਂ ਨੂੰ ਸੰਭਾਲ, ਠੀਕ ਹੈ ਨਾ? ਉਹ ਹੋਈ ਦਸਾਂ ਦੀ ਕਮਾਈ, ਨੌਂ ਦੀ ਕਮਾਈ। ਜੇ ਤੂੰ ਕਿਤੇ ਕੰਮ ਕਰ ਰਿਹਾ ਵਾਂ ਅਤੇ ਪੈਸੇ ਲੈ ਰਿਹਾ ਤਾਂ ਫਿਰ ਕਿਤੇ ਨਾ ਕਿਤੇ ਤਾਂ ਹੋ ਹੀ ਰਹੀ, ਜਿਹਨੂੰ ਤੂੰ ਦਲੱਲੀ ਕਹਿੰਦਾ ਆ ਅਤੇ ਫਿਰ ਤੂੰ ਰੰਡੀ ਆ, ਠੀਕ ਹੈ ਨਾ? ਅਤੇ ਜੇ ਤੇਰਾ ਬਾਪੂ ਕਰਦਾ ਆ ਤਾਂ ਫਿਰ ਸਾਰੇ ਫੈਮਿਲੀ ਕਰਦੀ ਹੋਣੀ ਆ। ਹੁਣ ਗੱਲ ਵੇਖ ਲਾ ਕਿੱਥੋਂ ਤੱਕ ਗਈ ਆ, ਇਹ ਤੂੰ ਘਟੀਆ ਸੋਚ ਵਾ ਤੇਰੀ, ਗੱਲ ਨਾ ਥੋੜ੍ਹੀ ਜਿਹੀ ਵਿਚਾਰ ਲਈ ਦੀ ਹੁੰਦੀ ਆ, ਅਤੇ ਇਹਨੂੰ ਕ੍ਰਿਟੀਕਲ ਥਿੰਕਿੰਗ ਕਹਿੰਦੇ ਆ। ਗੱਲ ਵਿਚਾਰਨ ਨੂੰ ਥੋੜ੍ਹਾ ਜਿਹਾ ਸਿੱਖ ਲਈਦਾ ਹੁੰਦਾ ਵੀ ਗੱਲ ਸੋਚੀ ਦੀ ਕਿਵੇਂ ਆ, ਖਿੜੇ ਮੁਹ ਤੇਰੀ ਸੋਚਦੇ ਘਟੀਆ ਦੇ।